ਮੈਂ ਸੰਖਲੀ ਦੁੱਧ ਗਰਮ ਕਰਾਂ ਔਰ ਪਾਕਿਸਤਾਨ ਦੀ ਮਾਚਿਸ ਤੁਹਾਨੂੰ ਦਿਖਾਉਣਾ। ਦੇਖੋ ਵਾਈਟ ਕਲਰ ਦੀ ਆਪਣੀ, ਗ੍ਰੀਨ ਰੈਡ ਬਲੈਕ ਹੁੰਦੀ ਹੈ, ਇੱਥੇ ਵਾਈਟ ਕਲਰ ਦੀ ਹੈ। ਆ ਜੀ ਕੋਈ 5 ਰੁਪਏ ਦੀ ਡੱਬੀ ਹੈ ਜੀ। ਲਓ ਜੀ, ਅੱਜ ਤੁਹਾਨੂੰ ਅਸੀਂ ਪਾਕਿਸਤਾਨ ਦੇ ਵਿੱਚ ਖੇਡਾਂ ਦੀਆਂ ਚੀਜ਼ਾਂ ਦਿਖਾਉਣਗੇ। ਤੁਸੀਂ ਦੇਖ ਰਹੇ ਹੋ ਗੱਡਾ ਪੁਰਾਣੇ ਸਟਾਈਲ ਦਾ, ਠੀਕ ਹੈ, ਜਿੱਦਾਂ ਪਹਿਲਾਂ ਹੁੰਦੇ ਸੀਗੇ। ਅਤੇ ਇਹ ਆਈ ਥਿੰਕ ਮੋਟਰ ਹੈ, ਠੀਕ ਹੈ ਜੀ, ਅਤੇ ਮੋਟਰ ਹੈ ਜਾਂ ਕੀ ਹੈ ਮੈਨੂੰ ਨਹੀਂ ਪਤਾ, ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਮੈਨੂੰ ਇਸ ਚੀਜ਼ ਦੇ ਬਾਰੇ ਨਹੀਂ ਪਤਾ। ਅਤੇ ਇੱਧਰ ਕੋਠੇ ਜਿੱਦਾਂ ਪਹਿਲਾਂ ਪੁਰਾਣੇ, ਹੁਣ ਤਾਂ ਮੈਨੂੰ ਲੱਗਦਾ ਸ਼ੈਟਰਿੰਗ ਲਾਈ ਹੋਈ ਹੈ ਜਾਂ ਪੁਰਾਣੇ ਹੈ, ਇੱਟਾਂ ਡਿੱਗ ਗਈਆਂ, ਨਵਾਂ ਰੈਡੀ ਹੋ ਰਿਹਾ। ਅਤੇ ਇੱਕ ਦੋ ਚੀਜ਼ਾਂ ਹੋਰ ਹੈਗੀਆਂ ਮੈਂ ਤੁਹਾਨੂੰ ਦਿਖਾਉਂਦਾ। ਇੱਕ ਸਕੂਟਰ ਪਾਕਿਸਤਾਨ ਦਾ ਪੁਰਾਣਾ, ਠੀਕ ਹੈ ਜੀ। ਸੋ ਆ ਟੂਟੀਆਂ ਦਾ ਜੁਗਾੜ, ਠੀਕ ਹੈ ਜੀ, ਪਾਈਪ ਰੱਖੀ ਹੋਈ ਹੈ। ਅਤੇ ਇੱਧਰ ਇਹ ਹੈਗਾ ਗੁਰਦੁਆਰੇ ਦੀ ਜਗ੍ਹਾ ਹੈ, ਅਤੇ ਇੱਥੇ ਸਮਾਨ ਵਗੈਰਾ ਰੱਖਿਆ ਹੋਇਆ, ਠੀਕ ਹੈ ਜੀ। ਹਾਲ ਹੈ ਪਿੱਛੇ, ਆ ਚੱਕੀ, ਅਤੇ ਆਹ ਦੇਖੋ ਜੀ ਸਕੂਟਰ। ਆ ਨਵੀਂ ਟੈਕਨੋਲੋਜੀ ਵੀ ਹੈਗੀ ਹੈ ਜੀ, ਗੈਸ ਦੀ ਹੈ, ਠੀਕ ਹੈ। ਇਹ ਸਭ ਤੋਂ ਵਧੀਆ ਟੈਕਨੋਲੋਜੀ ਲੱਗੀ ਮੈਨੂੰ ਪਾਕਿਸਤਾਨ ਦੇ ਵਿੱਚ ਸਪਲਾਈ ਲਈ, ਗੈਸ ਸਪਲਾਈ ਲਈ। LHG 9553 ਸਕੂਟਰ ਦਾ ਨੰਬਰ ਹੈ ਜੀ। ਅਤੇ ਆਈ ਵਿਲ ਟਰਾਈ ਮਾਈ ਬੈਸਟ, ਵੈਸਪਾ ਦਾ ਸਕੂਟਰ ਹੈ ਜੀ। ਔਰ ਮੇਰੀ ਥੋੜ੍ਹੀ ਆਵਾਜ਼ ਗਲਾ ਬੈਠ ਗਿਆ ਠੰਡਾ ਪਾਣੀ ਪੀ ਪੀ ਕੇ। ਅਤੇ ਹੋਰ ਮੈਂ ਦੇਖਦਾ ਕੁਛ ਮਿਲ ਜਾਏ ਸਾਨੂੰ ਦੇਖਣ ਵਾਲਾ। ਪੁਰਾਣੀਆਂ ਬਿਲਡਿੰਗਾਂ ਹੈ ਪਾਕਿਸਤਾਨ ਦੀਆਂ। ਇੱਧਰ ਆ ਕਿਚਨ ਹੈ ਗੁਰਦੁਆਰੇ ਦੀ, ਅਤੇ ਬੁੱਢਾ ਦਰਖਤ ਲੱਗਾ ਹੋਇਆ ਇੱਥੇ। ਅਤੇ ਬਾਕੀ ਜੋ ਵੀ ਹੋਏਗਾ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ। ਚੈਨਲ 'ਤੇ ਨਵੇਂ ਆ, ਚੈਨਲ ਸਬਸਕ੍ਰਾਈਬ ਕਰ ਲਓ ਯੋ, ਅਤੇ ਵੀਡੀਓ ਨੂੰ ਲਾਈਕ ਕਰ ਦਿਉ। ਔਰ ਲਾਹੌਰ ਘੁੰਮਾਂਗੇ, ਸਾਡਾ ਗਲਾ ਬੈਠ ਗਿਆ। ਲਾਹੌਰ ਸ਼ਹਿਰ ਦੇ ਵਿੱਚ ਹੈਗੇ ਹਾਂ ਅਸੀਂ, ਲਾਹੌਰ ਦੀ ਲੋਹਾ ਮੰਡੀ, ਰਾਈਟ ਨਾਓ, ਲੋਹਾ ਮੰਡੀ ਦੇ ਵਿੱਚ ਗੁਰਦੁਆਰਾ ਸਾਹਿਬ ਹੈਗਾ, ਉੱਥੇ ਹੈਗੇ ਹਾਂ। ਉਹਦਾ ਇਤਿਹਾਸ ਵੀ ਤੁਹਾਨੂੰ ਸਾਰਾ ਕੁਝ ਦੱਸਦੇ ਹਾਂ ਕਿ ਕੀ ਹੈਗਾ ਕੀ ਨਹੀਂ। ਸੋ ਸੰਗਤ ਇੱਥੇ ਆਈ ਹੋਈ ਹੈ, ਠੀਕ ਹੈ ਜੀ, ਅਤੇ ਲੰਗਰ ਚੱਲ ਰਿਹਾ, ਪਕੌੜੇ ਔਰ ਚਾਹ ਦਾ ਲੰਗਰ ਹੈ ਜੀ। ਸਭ ਛੱਕ ਰਹੇ ਆ, ਇੱਧਰ ਦੇਖੋ ਜੀ ਲੰਗਰ ਬਣ ਰਿਹਾ, ਅਤੇ ਚਾਹ ਪਕੌੜੇ, ਠੀਕ ਹੈ ਜੀ। ਬਾਬਾ ਜੀ ਫਿੱਕੀ ਚਾਹ ਪੀਣੀ ਹੈ, ਹਾਂਜੀ ਮਿੱਠੀ ਪੀਣੀ ਹੈ, ਤਾਂ ਤੁਸੀਂ ਸਪੈਸ਼ਲ ਇੱਥੋਂ ਹੀ ਲੈਣ ਲੱਗ ਪਏ। ਚੱਲੇ ਚੱਲੇ ਰੂਮ 'ਚ ਚੱਲੇ ਹੋ, ਅਜੇ ਰੁਕ ਕੇ ਪੀਣਾ। ਅਤੇ ਇੱਧਰ ਪਕੌੜੇ ਹੋ ਰਹੇ ਆ ਰੈਡੀ, ਠੀਕ ਹੈ ਜੀ। ਅਤੇ ਭਾਈ ਕਿਹੜੇ ਪਕੌੜੇ ਆ ਜੀ, ਇਹ ਮਿਕਸ ਪਕੌੜੇ ਆਲੂ ਵਾਲੇ? ਆਲੂ, ਪਾਲਕ, ਪਿਆਜ਼ ਸਾਰਾ ਕੁਝ ਹੈਗਾ ਜੀ, ਮਿਰਚਾਂ ਵਗੈਰਾ ਕੱਟੀਆਂ ਹੋਈਆਂ ਆ ਦੇਖੋ। ਅਤੇ ਗੁਰਦੁਆਰੇ ਦੇ ਤੁਹਾਨੂੰ ਹੁਣੇ ਦਰਸ਼ਨ ਕਰਾਉਂਦੇ ਹਾਂ, ਹਾਂਜੀ। ਅੱਛਾ ਚੱਪਲਾਂ ਗਲਤੀ ਹੋ ਗਈ, ਸੋਰੀ ਸੋਰੀ ਸੋਰੀ, ਇਹ ਮੇਰੇ ਤੋਂ ਵੀ ਹੋ ਜਾਂਦਾ। ਓਕੇ ਓਕੇ, ਮੇਰੇ ਤੋਂ ਗਲਤੀ ਹੋ ਗਈ ਜੀ, ਮੇਰੇ ਤੋਂ ਗਲਤੀ ਹੋ ਗਈ, ਚੱਪਲਾਂ ਪਾ ਕੇ ਮੈਂ ਉੱਧਰ ਚਲਾ ਗਿਆ, ਕਾਲੀ ਕਾਲੀ। ਸੋ ਗੁਰਦੁਆਰੇ ਦੇ ਬਾਹਰ ਇੱਕ ਸਾਡੇ ਚਾਂਦ ਭਾਈ ਲੱਗੇ ਆ, ਜਿਨ੍ਹਾਂ ਨੇ ਸਾਨੂੰ ਰਾਤ ਨੂੰ ਲੰਗਰ ਛਕਾਇਆ ਸੀਗਾ। ਅਤੇ ਇਹ ਇੰਡੀਆ 'ਚ 3 ਵਾਰੀ ਘੁੰਮਿਆ, 3 ਵਾਰ ਇੰਡੀਆ, ਆਪਣਾ ਜੈਪੁਰ, ਉਦੈਪੁਰ, ਹੋਰ ਕਿਹੜੀ ਕਿਹੜੀ ਗਿਆ, ਬੋਂਬੇ, ਹਾਂ ਹਰਿਦੁਆਰ, ਦਿੱਲੀ, ਅਮਰਾਵਤੀ, ਰਾਏਪੁਰ, ਜੈਪੁਰ, ਸਾਰੀ ਜਗ੍ਹਾ ਘੁੰਮ ਕੇ ਆਇਆ। ਅਤੇ ਇੰਨੇ ਲਾਈਆਂ ਜੁੱਤੀਆਂ ਇੱਥੇ, ਅੰਮ੍ਰਿਤਸਰ, ਜੰਮੂ ਕਸ਼ਮੀਰ, ਸਾਰੀ ਜਗ੍ਹਾ ਘੁੰਮ ਕੇ ਆਇਆ, ਇੰਨੇ ਲਾਈਆਂ ਜੁੱਤੀਆਂ ਇੱਥੇ, ਤਾਂ ਦੇਖੋ ਜੀ ਜੁੱਤੀਆਂ, ਕਿਆ ਬਾਤ ਹੈ। ਸੋ ਲਓ ਜੀ ਆਪਾਂ ਮਿਲੇ ਹਾਂ ਆਪਣੇ ਨਿਰਮਲ ਸਿੰਘ ਬਾਬਾ ਜੀ ਦੇ ਨਾਲ, ਵਾਹਿਗੁਰੂ ਜੀ ਕੀ ਫਤਿਹ, ਪਾਕਿਸਤਾਨੀ ਸਿੰਘ ਭਰਾਵਾਂ ਨੂੰ। ਅਤੇ ਭਾਈ ਤੁਸੀਂ ਕਿੱਥੋਂ ਜੀ? ਸ਼ੱਕਰ ਦੇ। ਉਹ ਕਿੱਥੇ ਪੈਂਦਾ? ਜਿੰਦਪੀਰ, ਲਾਹੌਰ 'ਚ ਪੈਂਦਾ? ਸਿੰਧ ਵਿੱਚ। ਤੁਸੀਂ ਸਿੰਧੀ ਹੋ ਤੇ ਤੁਸੀਂ ਵੀ ਸਿੱਖ ਹੋ, ਤੇ ਤੁਹਾਡਾ ਨਾਂ ਕੀ ਹੈ ਜੀ? ਦਿਲਬਰ ਸਿੰਘ। ਦਿਲਬਰ ਸਿੰਘ, ਇਹ ਤੁਹਾਡਾ ਬੇਟਾ ਨਹੀਂ, ਇਹ ਕੌਣ ਹੈ ਬੇਟਾ? ਭਾਂਜਾ ਹੈ। ਤੇ ਕਿੱਦਾਂ ਰੱਖਦਾ ਤੁਹਾਨੂੰ ਇੱਥੇ ਪਾਕਿਸਤਾਨ 'ਚ? ਕੋਈ ਦਿੱਕਤ ਤਾਂ ਨਹੀਂ ਹੈ? ਮੈਂ ਇੱਕ ਗੱਲ ਤੁਹਾਨੂੰ ਸਾਰਿਆਂ ਨੂੰ ਦੱਸਦਾ ਜੀ, ਇੱਥੇ ਜਿੰਨੇ ਵੀ ਸਾਨੂੰ ਸਿੱਖ ਮਿਲੇ ਆ ਨਾ, ਬੇਸ਼ੱਕ ਉਹ ਪਸ਼ਾਵਰ ਦੇ ਹੋਣ, ਜਿੱਦਾਂ ਸਿੰਧ ਦੇ ਮਿਲੇ ਆ, ਹੋਰ ਵੀ ਸਿੰਧ ਦੇ ਮਿਲੇ ਆ, ਅਸੀਂ ਉਹਨਾਂ ਨੂੰ ਪੁੱਛੀਏ ਵੀ ਤੁਹਾਨੂੰ ਕਿੱਦਾਂ ਦਾ ਲੱਗਦਾ, ਤਾਂ ਸਾਰਿਆਂ ਦਾ ਇੱਕ ਹੀ ਕਹਿਣਾ ਹੁੰਦਾ ਕਿ ਬਹੁਤ ਵਧੀਆ, ਖੁੱਲ੍ਹੇ ਨਜ਼ਾਰੇ, ਕਿਉਂ ਇੱਦਾਂ ਹੀ ਹੈ ਨਾ ਬਾਬੂ ਜੀ? ਅਤੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਇਹ ਦੇਖ ਕੇ, ਸੁਣ ਕੇ ਔਰ ਮਿਲ ਕੇ, ਠੀਕ ਹੈ ਜੀ। ਇੱਕ ਤਾਂ ਇਹ ਜਿਹੜੇ ਹੈਗੇ ਆ ਇਹ ਪੱਕੇ ਆ, ਠੀਕ ਹੈ ਜੀ, ਇਹ ਸਾਬਤ ਸੂਰਤ ਹੈਗੇ ਮੈਨੂੰ, ਤੁਸੀਂ ਨਵੇਂ ਨਵੇਂ ਸਰਦਾਰ ਬਣੇ ਹੋ, ਵਿਸਾਖੀ ਦੇ ਅੰਮ੍ਰਿਤ ਛਕਿਆ, ਹਾਂ ਹਾਂ 3 ਦਿਨ ਪਹਿਲਾਂ, ਭੈਣ ਹੈ। ਚਲੋ ਕੋਈ ਨੀ, ਹੌਲੀ 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 ਸੈੱਟ ਹੋਊਗੇ,
ਠੀਕ ਹੈ ਜੀ, ਠੀਕ ਹੈ ਠੀਕ ਹੈ ਠੀਕ ਹੈ। ਤੁਹਾਨੂੰ ਕਿੱਦਾਂ ਲੱਗਾ ਸਾਨੂੰ ਮਿਲ ਕੇ? ਬਹੁਤ ਖੁਸ਼ੀ ਹੋਈ। ਤੇ ਤੁਸੀਂ ਲੰਗਰ ਛਕੋ, ਚਲੋ ਆਜੋ ਫਿਰ ਛਕੋ ਲੰਗਰ। ਤੁਹਾਨੂੰ ਕਿੱਦਾਂ ਲੱਗ ਰਿਹਾ ਜੀ, ਤੁਸੀਂ ਦੱਸੋ? ਬਹੁਤ ਵਧੀਆ ਨਜ਼ਾਰੇ। ਪਰ ਇੱਕ ਗੱਲ ਹੈ, ਤੁਹਾਨੂੰ ਪਾਕਿਸਤਾਨ ਫੀਲ ਤਾਂ ਨਹੀਂ ਹੋ ਰਿਹਾ ਨਾ? ਇੰਡੀਆ ਹੀ ਫੀਲ ਹੋ ਰਿਹਾ ਨਾ? ਬਿਲਕੁਲ ਸੇਮ ਇੰਡੀਆ ਹੈ, ਸਭ ਕੁਝ ਇੰਡੀਆ ਵਾਂਗੂ। ਬਿਲਕੁਲ ਬਿਲਕੁਲ ਸਹੀ ਗੱਲ ਹੈ। ਤੁਸੀਂ ਕਿੱਥੋਂ ਹੋ ਭਾਜੀ? ਸਿੰਧ ਦੇ ਹੋ? ਨਾਂ ਕੀ ਹੈ ਤੁਹਾਡਾ? ਆਕਾਸ਼। ਤੇਰੀ ਵੀ ਵੀਡੀਓ ਬਣਾ ਲਿਆ, ਯੂਟਿਊਬ ਤੇ ਪਾਉਂਗਾ, ਚੈਨਲ ਸਬਸਕ੍ਰਾਈਬ ਕਰ ਲਾ ਮੇਰਾ ਹੁਣ, ਠੀਕ ਹੈ? ਓਕੇ ਤੇ ਪੁੱਤਰ ਗੱਲ ਸੁਣ ਲੈ, ਸਰਦਾਰਾਂ ਦਾ ਮੁੰਡਾ, ਸਰਦਾਰਾਂ ਦਾ ਮੁੰਡਾ ਤੇ ਸਰਦਾਰ ਬਣ ਕੇ ਆਉਣਾ ਹੀ ਅੱਗੇ ਵਾਲੀ ਵਿਸਾਖੀ ਤੇ, ਠੀਕ ਹੈ? ਗੁਰਮੁਖ ਬਣਨਾ, ਕੱਲ ਤਲਵਾਰ ਮੇਰੇ ਕੋਲ ਲੈ ਲਓ, ਮੈਂ ਨਹੀਂ। ਬਾਬਾ ਜੀ ਤਿਆਰ ਵਰ ਤਿਆਰ ਹੀ ਹੈ ਪੂਰੇ। ਤੋ ਲਓ ਜੀ, ਸਾਨੂੰ ਇੱਕ ਹੋਰ ਸਾਡਾ ਲੋਕਲ ਸਿੱਖ ਵੀਰ ਮਿਲਿਆ। ਵੀਰ ਜੀ ਕੀ ਨਾਂ ਆਪਣਾ? ਮਨਵਿੰਦਰ ਸਿੰਘ। ਮਨਵਿੰਦਰ ਸਿੰਘ ਕਿੱਥੇ ਰਹਿੰਦੇ ਹੋ? ਮੈਂ ਲਾਹੌਰ ਸ਼ਹਿਰ ਦੇ। ਲਾਹੌਰ ਕਰਦੇ ਕੀ ਹੋ? ਮੈਂ ਸਟੱਡੀ ਕਰ ਰਿਹਾ ਨੌਵੀਂ। ਯਾਰ ਮੈਨੂੰ ਲੱਗ ਹੀ ਨਹੀਂ ਰਿਹਾ ਤੂੰ ਪਾਕਿਸਤਾਨੀ ਹੈ। ਮੇਰੇ ਪਾਪਾ ਜੀ ਉੱਥੋਂ ਦੇ ਨੇ। ਕਿੱਥੋਂ ਦੇ? ਇੰਡੀਆ ਦੇ। ਇੰਡੀਆ ਤੋਂ ਆਏ ਹੋ ਤੁਸੀਂ? ਨਹੀਂ, ਇੰਡੀਆ ਤੋਂ ਇੱਥੇ। ਅੱਛਾ, ਤੁਸੀਂ ਇੰਡੀਆ ਤੋਂ? ਮੇਰੇ ਉੱਥੋਂ ਆਏ ਨੇ। ਅੱਛਾ, ਪਾਪਾ ਮੇਰੇ ਉੱਥੇ ਗ੍ਰੰਥੀ ਨੇ ਨਾ। ਹਾਂ ਹਾਂ, ਮੇਰੇ ਪਾਪਾ। ਅੱਛਾ, ਤੁਹਾਡੇ ਪਾਪਾ ਆਏ ਹੋ। ਸੋ ਅਨਦਰ ਡੇ, ਅੱਜ ਹੈਗਾ ਜੀ ਸਾਡਾ ਲਾਹੌਰ ਦੇ ਵਿੱਚ ਪਹਿਲਾ ਦਿਨ, ਔਰ ਅਸੀਂ ਅੱਜ ਹੈਗੇ ਹਾਂ ਜੀ ਲਾਹੌਰ ਦੀ ਲੋਹਾ ਮੰਡੀ, ਠੀਕ ਹੈ ਜੀ। ਔਰ ਲੋਹਾ ਮੰਡੀ ਦੇ ਵਿੱਚ ਗੁਰਦੁਆਰਾ ਸਾਹਿਬ ਸਿੰਘ ਸਿੰਘਣੀਆਂ ਸੇ ਅਸੰਖ ਸਾਡੇ ਨਾਲ ਹੈ। ਅਸੰਖ ਚਲੀਏ? ਯੈਸ। ਸੋ ਚੱਲਦੇ ਹਾਂ ਜੀ ਲੋਹਾ ਮੰਡੀ ਸਿੰਘ ਸਿੰਘਣੀਆਂ ਗੁਰਦੁਆਰਾ, ਅਤੇ ਇੱਥੇ ਦਾ ਇਤਿਹਾਸ ਜਿਹੜਾ ਹੈਗਾ ਉਹ ਤੁਹਾਨੂੰ ਅਸੀਂ ਲੋਕਲ ਜਿਹੜੇ ਸਿੱਖ ਇੱਥੇ ਦੇ ਹੈਗੇ ਆ ਉਹਨਾਂ ਨਾਲ ਗੱਲ ਕਰਕੇ, ਮੈਨੂੰ ਤਾਂ ਪਤਾ ਹੈ, ਤੁਹਾਨੂੰ ਸਾਰਿਆਂ ਨੂੰ ਦੱਸਾਂਗੇ। ਸੋ ਵੀਡੀਓ 'ਤੇ ਜੁੜੇ ਰਹੋ, ਵੀਡੀਓ ਨੂੰ ਸਕਿੱਪ ਮਤ ਕਰਿਓ। ਅਤੇ ਅਸੰਖ, ਉਹ ਮੰਮਾ ਖੜੀ ਹੈ, ਅਤੇ ਇੱਧਰ ਸਾਡੇ ਕੋਲ ਭੈਣ ਜੀ ਹੈਗੇ ਸਤਵੰਤ ਕੌਰ ਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਪਾਕਿਸਤਾਨ ਦੇ ਹੋ? ਹਾਂਜੀ, ਮੈਂ ਪਾਕਿਸਤਾਨ। ਅਤੇ ਬਚਪਨ ਤੋਂ ਹੀ ਇੱਥੇ ਰਹਿੰਦੇ ਹੋ ਕਿ ਉੱਧਰੋਂ ਆਏ ਹੋ? ਨਨਕਾਣਾ ਸਾਹਿਬ, ਠੀਕ ਹੈ। ਅਤੇ ਤੁਸੀਂ ਮੈਨੂੰ ਇਹ ਦੱਸੋ ਕਿ ਜਿਹੜਾ ਆਪਾਂ ਗੁਰਦੁਆਰਾ ਸਾਹਿਬ ਦੇਖ ਰਹੇ ਹਾਂ, ਤੁਸੀਂ ਸਾਰਿਆਂ ਨੂੰ ਦੱਸ ਰਹੇ ਹੋ, ਠੀਕ ਹੈ, ਇਸ ਗੁਰਦੁਆਰੇ ਦਾ ਇਤਿਹਾਸ ਕੀ ਹੈ? ਥੋੜ੍ਹਾ ਉੱਚੀ ਬੋਲਿਓ। ਇਹ ਗੁਰਦੁਆਰਾ ਹੈਗਾ ਵਾ ਸ਼ਹੀਦ ਸਿੰਘ ਸਿੰਘਣੀਆਂ, ਠੀਕ ਹੈ ਜੀ। ਇਹ 1780 ਦੇ ਵਿੱਚ ਜਦੋਂ ਮੀਰ ਮੰਨੂ ਇਸ ਜਗ੍ਹਾ ਦਾ ਹਾਕਮ ਸੀਗਾ ਉਸ ਵੇਲੇ ਦਾ, ਉਹਨਾਂ ਨੇ ਸਿੰਘਾਂ ਨੂੰ ਜੰਗਲਾਂ ਦੇ ਵਿੱਚ ਬੁਲਾਇਆ। ਸਿੰਘ ਉੱਥੇ ਉਸ ਵੇਲੇ ਇੱਥੇ ਇਸ ਗੁਰਦੁਆਰੇ ਦੇ ਲਾਗੇ ਤਾਂਗੇ ਸਾਰੇ ਰਹਿੰਦੇ ਸੀ। ਉਹਨਾਂ ਨੇ ਇੱਥੇ ਸਿੰਘਾਂ ਨੂੰ ਬੁਲਾਇਆ ਕਿ ਜੀ ਉੱਥੇ ਜੰਗ ਕਰਨ ਗਏ, ਅਤੇ ਉਹਨਾਂ ਨੇ ਪਿੱਛੋਂ ਕੀ ਕੀਤਾ ਕਿ ਇੱਥੇ ਜਿਹੜੀਆਂ ਬੀਬੀਆਂ ਸਿੰਘ ਸਿੰਘਣੀਆਂ ਸੀਗੀਆਂ, ਬੱਚੇ ਸੀਗੇ, ਉਹਨਾਂ ਨੂੰ ਇੱਥੇ ਜੇਲ੍ਹਾਂ 'ਚ ਪਾ ਦਿੱਤਾ, ਜਿਹੜੇ ਕਿ ਇੱਥੇ ਕੋਲ ਹੀ ਤੁਸੀਂ ਦੇਖੋਗੇ ਅੱਗੇ ਜਾ ਕੇ ਉੱਥੇ ਜੇਲ੍ਹਾਂ ਬਣੀਆਂ ਹੋਈਆਂ। ਜੇਲ੍ਹ ਹੈਗੀਆਂ ਇੱਥੇ? ਜੇਲ੍ਹ ਹੈਗੀਆਂ, ਹਾਂਜੀ, ਥੱਲੇ ਅੰਦਰ ਜੇਲ੍ਹ ਹੀ ਆ, ਨਾਲ ਹੀ ਖੂਹ ਬਣਿਆ ਹੋਇਆ, ਨਾਲ ਹੀ ਜੇਲ੍ਹਾਂ ਨੇ। ਅੱਛਾ, ਉੱਥੇ ਉਹਨਾਂ ਨੂੰ ਕੈਦ ਕਰ ਲਿਆ, ਉਹਨਾਂ ਨੂੰ ਹਰ ਤਰ੍ਹਾਂ ਦੇ ਤਸੀਹੇ ਦਿੱਤੇ, ਉਹਨਾਂ ਦੇ ਬੱਚਿਆਂ ਦੇ ਟੋਟੇ ਕਰਕੇ ਉਹਨਾਂ ਦੇ ਗਲਾਂ 'ਚ ਹਾਰ, ਜਿਹੜੀ ਅਸੀਂ ਆਪਣੀ ਅਰਦਾਸ ਦੇ ਵਿੱਚ ਕਹਿੰਦੇ ਹਾਂ, ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੱਚਿਆਂ ਦੇ ਟੋਟੇ ਕਰਵਾਏ, ਗਲਾਂ 'ਚ ਹਾਰ ਪਾਏ, ਸਵਾ ਸਵਾ ਮਣ ਪੀਸਲਾ ਵਿੱਚ, ਉਹ ਇਹ ਜਗ੍ਹਾ, ਉਹ ਉੱਥੇ ਚੱਕੀ ਵੀ ਪਈ ਹੋਈ ਆ, ਉਹਦੇ ਪੱਥਰ ਪਏ ਨੇ, ਪੱਥਰ ਪਿਆ ਹੋਇਆ ਵਾ ਉਸ ਚੱਕੀ ਦਾ, ਉਹ ਦੋਵੇਂ ਪੱਥਰ ਹੈਗੇ ਵੱਡਾ ਸਾਰੇ, ਹਾਂਜੀ ਸਾਰੇ ਜਿਹੜੇ ਉਹਦੇ ਉੱਤੇ ਪੀਸਦੀਆਂ ਸੀ ਬੀਬੀਆਂ। ਲੇਕਿਨ ਜਦੋਂ ਉਹਨਾਂ ਨੇ ਹਾਰ ਨਹੀਂ ਮੰਨੀ ਤੇ ਉਹਨਾਂ ਨੇ ਕਿਹਾ ਸੀ ਕਿ ਸਾਰੇ ਮੁਸਲਮਾਨ ਹੋ ਜਾਣ, ਉਸ ਵੇਲੇ ਦੇ ਹਾਕਮ ਨੇ ਮੀਰ ਮੰਨੀ ਧਰਮ ਬਦਲਣ ਨੂੰ ਕਿਹਾ, ਧਰਮ ਬਦਲਣ ਨੂੰ ਕਿਹਾ ਸੀਗਾ ਕਿ ਉਸ ਵੇਲੇ ਤੁਸੀਂ ਧਰਮ ਬਦਲੋ, ਪਰ ਉਹਨਾਂ ਨੇ ਨਹੀਂ ਬਦਲਿਆ। ਜਦੋਂ ਉਹਨਾਂ ਨੂੰ ਹੁਣ ਹੋਇਆ ਕਿ ਜੀ ਨਹੀਂ ਇਹ ਧਰਮ ਨਹੀਂ ਹੈ, ਬਹੁਤ ਸਖਤ ਸਿੰਘਣੀਆਂ ਨੇ, ਤੇ ਉਹਨਾਂ ਨੇ ਫਿਰ ਉਹਨਾਂ ਦੀ ਪੱਤ ਨੂੰ ਹੱਥ ਪਾਇਆ, ਤੇ ਜਦੋਂ ਸਿੰਘਣੀਆਂ ਨੂੰ ਪਤਾ ਲੱਗਾ ਕਿ ਤੇ ਸਾਡੀ ਹੁਣ ਪੱਤ ਨੂੰ ਹੱਥ ਪਾਉਣ ਲੱਗੇ, ਤੇ ਅਸੀਂ ਉਹਦੇ ਤੋਂ ਅਸੀਂ ਮਰਨਾ ਜ਼ਿਆਦਾ ਕਰਾਂਗੇ, ਕਬੂਲ ਕਰਾਂਗੇ ਕਿ ਅਸੀਂ ਮਰ ਜਾਈਏ। ਨਾਲ ਹੀ ਜਿਹੜਾ ਖੂਹ ਆ ਇਤਿਹਾਸਿਕ ਖੂਹ, ਉਹਦੇ 'ਚ ਸਾਰੀ ਸਿੰਘਣੀਆਂ ਨੇ ਉਹਦੇ ਵਿੱਚ ਛਾਲ ਮਾਰਦੀ, ਛਾਲਾਂ ਮਾਰਤੀ ਆ, ਠੀਕ ਹੈ। ਤੇ ਜਿਹੜਾ ਤਾਰੂ ਸਿੰਘ ਦੀ ਵੀ ਇਹੀ ਜਗ੍ਹਾ? ਭਾਈ ਤਾਰੂ ਸਿੰਘ ਦੇ ਕੋਲ ਹੀ ਆ। ਅੱਛਾ, ਤੇ ਉਹ ਓਪਨ ਹੈ ਕਿ ਖੁੱਲ੍ਹਾ? ਬੰਦ ਹੈ। ਅੱਛਾ ਜੀ, ਤੇ ਉੱਥੇ ਜਿਹੜਾ ਖੋਪੜ ਲਵਾਇਆ ਸੀਗਾ ਉਹ ਉਹੀ ਸਥਾਨ? ਉਹੀ ਸਥਾਨ ਜਿਹਦੇ ਵਿੱਚ ਉਹਨਾਂ ਨੂੰ ਸੁੱਟਿਆ ਗਿਆ ਸੀ ਕੁਝ ਦਿਨ ਲਈ, ਜਿਨ੍ਹਾਂ ਨੇ ਉੱਥੇ ਕਿਹਾ ਕਿ ਤੁਹਾਨੂੰ ਚੱਕਰ ਨਾ ਲਾ ਕੇ, ਉਹ ਟੋਆ ਉਹ ਉੱਥੇ ਹੀ ਆ। ਹਾਂਜੀ, ਪਰ ਉਹ ਗੁਰਦੁਆਰਾ ਉਹ ਬੰਦ, ਗੇਟ ਬੰਦ ਕੀਤਾ, ਉਸ ਲੰਘਣ ਨਹੀਂ ਦੇ ਰਹੇ, ਸੀਲ ਕੀਤਾ ਉਹਦੇ ਉੱਤੇ ਗੁਰਦੁਆਰਾ, ਠੀਕ ਹੈ ਜੀ। ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਵਧੀਆ ਲੱਗਾ ਜੀ ਇਹ ਇਤਿਹਾਸ। ਹਾਂਜੀ, ਇਹ ਸੁਣਨ ਵਾਲੀ ਗੱਲ, ਮੈਂ ਬੇਟੀ ਦੀਆਂ ਗੱਲਾਂ ਸੁਣ ਰਿਹਾ ਸੀ, ਇਹ ਕਿ ਇੱਥੇ ਲੋਕ ਆਪਣੇ ਭੈਣਾਂ ਭਰਾਵਾਂ ਨੂੰ ਇਤਿਹਾਸ ਦੱਸ ਰਹੇ ਸੀ, ਤੇ ਮੈਂ ਤਾਂ ਤੈਨੂੰ ਸੱਦ ਰਿਹਾ ਸੀ ਕਿ ਸ਼ਰਨ ਇੱਧਰ ਆਓ, ਆਪਾਂ ਇਹ ਬੀਬੀ ਕੋਲ ਇਤਿਹਾਸ ਲਈਏ, ਇਹਨਾਂ ਨੂੰ